ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ, ਤੇ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਉਮੀਦ ਕਰਦੇ ਹਾਂ ਸਾਰੇ ਘੈਂਟ ਹੋਵੋਗੇ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵਲੋਗ ਦੇ ਵਿੱਚ। ਪਿਛਲੇ ਵਲੋਗਾਂ 'ਚ ਜਿਵੇਂ ਤੁਸੀਂ ਦੇਖਿਆ ਨਾ, ਆਪਾਂ ਬਣਾਈ ਸੀ ਵਲੋਗ, ਵਾਲੇ ਕੋਲ ਲਾਈਟਾਂ ਵੀ ਪਿਛਲੇ ਵਲੋਗ 'ਚ ਖਰਾਬ ਹੋ ਗਈਆਂ ਸੀਆਂ, ਅਤੇ ਇਹਨਾਂ ਦਾ ਵੀ ਕਰਾਂਗੇ ਹੀਲਾ। ਅਤੇ ਬਾਕੀ ਨਾ ਅੱਜ ਆਪਾਂ ਟਰੈਕਟਰ ਦੇ ਖਾਸ ਕਮੈਂਟ ਆ ਰਹੇ ਸੀ ਬਾਈਆਂ ਦੇ ਵੀ ਓਵਰਵਿਊ ਜਾਂ ਦਿਓ ਟਰੈਕਟਰ ਦਾ ਵੀ, ਹੈ ਨਾ, ਆਪਾਂ ਕੀ ਕੁਛ ਲਾਇਆ 855 'ਤੇ। ਬਾਹਲਾ ਕੁਛ ਤਾਂ ਨਹੀਂ ਲਾਇਆ ਬਾਈ, ਆਪਾਂ ਸਿੰਪਲੀ ਜੀ ਮੋਡੀਫਿਕੇਸ਼ਨਾਂ ਕੀਤੀਆਂ ਨੇ ਇਹਦੇ ਵਿੱਚ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਦੇਖੋ ਬੰਪਰ ਲਗਾਇਆ ਆਪਾਂ, ਇੱਕ ਬੰਪਰ ਦੇ ਬਾਹਲੇ ਕਮੈਂਟ ਆ ਰਹੇ ਸੀ ਬਾਈਆਂ ਦੇ ਵੀ ਬੰਪਰ ਦੱਸੋ ਬਾਈ ਕਿੰਨੇ ਵੇਟ ਦਾ, ਕਿੰਨੇ ਰੁਪਈਆਂ ਦਾ ਲੱਗਿਆ, ਠੀਕ ਹੈ। ਅਤੇ ਇਹ ਬਾਈ 60-65 ਕੁ ਕਿਲੋ ਦਾ ਬੰਪਰ, ਅਤੇ ਕਰੀਮ ਰੰਗ ਕਰਵਾਇਆ। ਦੇਖੋ ਜਿਵੇਂ ਤੁਹਾਡੇ ਸਾਹਮਣੇ ਪੂਰਾ ਵਧੀਆ ਫਿਨਿਸ਼ਿੰਗ 'ਚ ਰੰਗ ਹੈ, ਪੇਂਟ ਪਿੱਛੇ ਤੱਕ ਵਾਲਾ ਬੰਪਰ ਹੈ ਇਹ, ਠੀਕ ਹੈ। ਅਤੇ ਪੁਰਾਣਾ ਮਾਡਲ ਦਾ ਹੈ ਬਾਈ ਇਹ, 2003 ਮਾਡਲ ਦਾ, ਠੀਕ ਹੈ। 3 ਮਾਡਲ ਹੈ ਟਰੈਕਟਰ, ਮਾਡਲ ਵੀ ਬਹੁਤ ਬਾਈ ਪੁੱਛਦੇ ਨੇ ਵੀ ਮਾਡਲ ਕਿਹੜਾ, ਮਾਡਲ ਵੀ ਦੱਸ ਦਿਓ ਟਰੈਕਟਰ। ਅਤੇ ਇਹ ਲੱਗਿਆ ਬਾਈ 100 ਰੁਪਏ ਕਿਲੋ ਲੱਗਿਆ ਬੰਪਰ, ਠੀਕ ਹੈ। ਆਹ ਦੇਖੋ 2003 ਮਾਡਲ ਹੈ ਟਰੈਕਟਰ ਹੈ, ਅਤੇ ਆਹ ਬੰਪਰ ਲਾਇਆ ਸੀ ਆਪਾਂ। ਜਿਹੜੇ ਆਪਣੇ ਬਾਈਆਂ ਦੇ ਕਮੈਂਟ ਆ ਰਹੇ ਸੀ ਉਹ ਦੱਸਦੇ ਹਾਂ ਵੀ 100 ਕਿਲੋ ਦਾ ਰੁਪਈਏ ਕਿਲੋ ਹੁੰਦਾ ਬੰਪਰ ਇਹ, 60 ਕਿਲੋ ਦਾ 6,000 ਦਾ ਲੱਗਿਆ ਬੰਪਰ ਇਹ, ਬਾਹਲਾ ਮਹਿੰਗਾ ਨਹੀਂ, ਠੀਕ ਹੈ। ਅਤੇ ਨਾਲੇ ਦੇਖੋ ਲੰਬਾਈ ਵੀ ਇਹਦੀ ਵਧੀਆ ਹੈ, ਲੱਗਿਆ ਵੀ ਬਾਹਲਾ ਸੋਹਣਾ ਲੱਗਦਾ ਇਹ। ਅਤੇ ਬਾਕੀ ਹੋਰ ਕੁਛ ਆਪਾਂ ਜ਼ਿਆਦਾ ਨਹੀਂ ਕੀਤਾ। ਦੇਖੋ ਇੱਕ ਆਹ ਛਤਰੀ ਲਵਾਈ, ਛਤਰੀ ਦਾ ਬਲੌਗ ਬਣਾਇਆ ਨਹੀਂ ਸੀ, ਜੇ ਕਿਸੇ ਬਾਈ ਨੇ ਲਵਾਉਣੀ ਹੋਵੇ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ, ਆਪਾਂ ਘੱਟ ਤੋਂ ਘੱਟ ਰੇਟ 'ਚ, ਸੋ ਠੀਕ ਹੈ, ਜਿੱਥੇ ਵੀ ਛਤਰੀ ਲੱਗਦੀ ਆਪਾਂ ਤੁਹਾਨੂੰ ਕਮੈਂਟ ਸੈਕਸ਼ਨ 'ਚ ਦੱਸ ਦਾਂਗੇ, ਠੀਕ ਹੈ, ਵੀ ਘੱਟ ਤੋਂ ਘੱਟ ਰੇਟ 'ਚ। ਅਤੇ ਬਾਕੀ ਆਹ ਮਿਊਜ਼ਿਕ ਸਿਸਟਮ ਆ, ਇਹ ਵੀ ਆਪਾਂ ਨੂੰ ਬਾਈ ਥੋੜ੍ਹਾ ਜਿਹਾ ਚੱਲਿਆ ਮਿਲ ਗਿਆ ਸੀ ਆਪਣੇ ਯਾਰ ਦੋਸਤ ਲਵੋਂ, ਇਹ 15 ਇੰਚੀ 2 ਸਬਵੂਫਰ ਨੇ ਇਹਦੇ ਵਿੱਚ, ਅਤੇ ਇਹ ਆਪਾਂ ਨੂੰ ਵੈਸੇ ਕੁੱਲ ਮਿਲ ਗਿਆ ਸੀ 10,000 ਰੁਪਈਆਂ ਦਾ ਹੀ ਮਿਲ ਗਿਆ ਸੀ ਬਾਈ, ਇਹ ਨਵਾਂ ਹੈਗਾ 18-19 ਹਜ਼ਾਰ ਦਾ, ਠੀਕ ਹੈ। ਅਤੇ ਬੇਸ ਬੂਸ ਇਹਦੀ ਜਮਾਂ 1 ਨੰਬਰ ਹੈ। ਅਤੇ ਬਾਕੀ ਹੋਰ ਆਪਾਂ ਕੁਛ ਜ਼ਿਆਦਾ ਇਹ 'ਚ ਮੋਡੀਫਿਕੇਸ਼ਨਾਂ ਨਹੀਂ ਕੀਤੀਆਂ, ਆਉਣ ਵਾਲੇ ਟਾਈਮ 'ਚ ਮੋਡੀਫਿਕੇਸ਼ਨ ਇਹ 'ਚ ਬਹੁਤ ਆਉਣਗੀਆਂ। ਅਤੇ ਬਸ ਤੁਸੀਂ ਵਲੋਗਾਂ ਨਾਲ ਜੁੜੇ ਰਹੋ, ਆਪਣੇ ਚੈਨਲ ਨਾਲ ਹਰਮਨ ਕੁਲਰੀਆਂ ਯੂਟਿਊਬ ਚੈਨਲ ਆਪਣਾ, ਅਤੇ ਇੰਸਟਾਗ੍ਰਾਮ ਆਈ ਡੀ ਵੀ ਆਪਣੀ ਜ਼ਰੂਰ ਵਿਜ਼ਿਟ ਕਰਿਆ ਕਰੋ ਬਾਈ, ਹਰਮਨ ਕੁਲਰੀਆਂ ਦੇ ਨਾਮ 'ਤੇ ਇੰਸਟਾਗ੍ਰਾਮ ਆਈ ਡੀ। ਅਤੇ ਬਾਕੀ ਆਉਣ ਵਾਲੇ ਵਲੋਗਾਂ 'ਚ ਇਹ ਸਾਰਾ ਕੁਝ ਆਪਾਂ ਇਹਦਾ ਕਰਾਂਗੇ ਸੈੱਟ, ਅਤੇ ਉੱਤੋਂ ਉਹਨੂੰ ਰਬਿੰਗ ਰੁਬਿੰਗ ਵੀ ਕਰਵਾਵਾਂਗੇ ਸਾਰਾ ਟਰੈਕਟਰ ਨੂੰ। ਅਤੇ ਅੱਗੇ ਦੇ ਸਟੀਕਰ ਸਟੂਕਰ ਲਵਾਉਣੇ ਨੇ, ਹਜੇ ਛਾਤਰੀ 'ਤੇ ਲਵਾਉਣੇ ਨੇ, ਪੇਟੀ 'ਤੇ ਲਵਾਉਣੇ ਨੇ ਸਟੀਕਰ, ਉਹ ਵੀ ਸਾਰੇ। ਬਸ ਜੁੜੇ ਰਹੋ ਤੁਸੀਂ, ਆਉਣ ਦੀ ਵੇ ਨੇ ਸਾਰੇ ਵਲੋਗ, ਘੈਂਟ ਘੈਂਟ ਵਲੋਗ ਆਉਂਦੇ ਰਹਿਣਗੇ। ਅਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ, ਠੀਕ ਹੈ ਬਾਈ, ਦੱਬ ਕੇ। ਅਤੇ ਬਾਕੀ ਜੇ ਕਿਸੇ ਹੋਰ ਬਾਈ ਨੂੰ ਕਿਸੇ ਵੀ ਪ੍ਰਕਾਰ ਦੀ ਇਨਫੋਰਮੇਸ਼ਨ ਚਾਹੀਦੀ ਹੈ ਨਾ ਆਪਣੇ ਟਰੈਕਟਰ ਸੰਬੰਧੀ ਜਾਣਕਾਰੀ, ਤਾਂ ਆਪਾਂ ਨੂੰ ਮੈਸੇਜ ਕਰ ਦਿਆ ਕਰੋ, ਕੋਈ ਚੱਕਰ ਨਹੀਂ ਬਾਈ, ਹਰੇਕ ਪ੍ਰਕਾਰ ਦੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਵੀ ਆਪਾਂ ਨੂੰ ਜਿੰਨੀ ਕੁ ਆਪਣੇ ਤੋਂ ਹੋਏ ਆਪਾਂ ਨੂੰ ਤੁਹਾਨੂੰ ਸਹਾਇਤਾ ਦੇਵਾਂਗੇ, ਠੀਕ ਹੈ। ਅਤੇ ਵਲੋਗਾਂ ਨੂੰ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਆ ਕਰੋ, ਵੀ ਕਿਸੇ ਹੋਰ ਵਲੋਗ 'ਚ ਮਿਲਾਂਗੇ, ਠੀਕ ਹੈ। ਅਤੇ ਘੈਂਟ ਜਿਹਾ ਵਲੋਗ ਲੈ ਕੇ ਆਵਾਂਗੇ, ਉਦੋਂ ਤੱਕ ਸਾਰਿਆਂ ਨੂੰ ਧੰਨਵਾਦ ਬਾਈ ਵਲੋਗ ਦੇਖਣ ਖਾਤਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।